ਅੰਦੋਲਨ ਵਾਲਾ ਕੋਈ ਨਹੀਂ ਖੜਿਆ ਵੀਰੇ ਕਾਮਰੇਟ ਸੀ ਉਹ ਪੈਸੇ ਇਕੱਠੇ ਕਰਨ ਲਈ ਬੈਠੇ ਸੀ ਆਪਣੇ ਆਪਣੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਤੇ ਆਪਣੇ ਆਪਣੇ ਘਰਾਂ ਉਹਨਾਂ ਨੂੰ ਕਿਸੇ ਦਾ ਤੱਕ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਭਰਾ ਕਬੱਡੀ ਦੇ ਗਰਾਊਂਡਾਂ ਦਾ ਸ਼ਿੰਗਾਰ ਸੀ ਪਰ ਅੱਜ ਇੱਕ ਵੀਲਚੇਅਰ ਤੇ ਜ਼ਿੰਦਗੀ ਸੀਮਤ ਰਹਿ ਗਈ ਆ ਕਿਵੇਂ ਹੋਇਆ ਸੀ ਇਹ ਹਾਸਾ ਕਿਵੇਂ ਹੋਇਆ 26 ਨਵੰਬਰ ਨੂੰ ਲੱਗਿਆ 2020 ਨੂੰ ਅੰਦੋਲਨ 3 ਤਰੀਕ ਨੂੰ ਤੜਕੇ ਨੂੰ ਸੱਟ ਲੱਗੀ ਵੀਰੇ ਟਰੱਕ ਵਾਲੇ ਨੇ ਨਾ ਪਿੱਪਲੀ ਕੋਲ ਸਾ ਟਰੱਕ ਲ ਮਾਰਿਆ ਵਿੱਚ ਲੈ ਗਏ ਹਾਂ ਨਾ ਨਾ ਜਾਂਦੇ ਵੇਲੇ ਵੀਰੇ ਹਾਂਜੀ ਅੰਦੋਲਨ ਫਤਿਹ ਕੀਤਾ ਉਹਨੂੰ ਦੇਖ ਕੇ ਲੱਗਦਾ ਵੀ ਬਹੁਤ ਵਧੀਆ ਕੋਈ ਚੱਕਰ ਨਹੀਂ ਕੀ ਚੱਕਰ ਹੈ ਅਸਾਧ ਤ ਤਾਂ ਦੇਣੀ ਹੀ ਪੈਣੀ ਹੈ ਵੀਰੇ ਜਿੱਤਾਂ ਲਈ ਹੁਣ ਵੀ ਹੌਂਸਲੇ ਬਲੰਦ ਬਿਲਕੁਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਸੰਸਾਰਦੀਪ ਸਿੰਘ ਹਾਂ ਕਮੇਨ ਸਾ ਮੋਰਚੇ ਦੀ ਜਦੋਂ ਗੱਲ ਹੁੰਦੀ ਆ ਤਾਂ ਮੋਰਚੇ ਦੇ ਵਿੱਚ ਪਹੁੰਚੀ ਸੰਗਤ ਅਕਸਰ ਹੀ ਕਹਿੰਦੀ ਆ ਕਿ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਮੋਰਚੇ ਦੇ ਵਿੱਚ ਸੰਗਤ ਚੜ੍ਹਦੀ ਕਲਾ ਦੇ ਵਿੱਚ ਡਟੇ ਹੋਣ ਦੀ ਗਵਾਹੀ ਹਰ ਵਕਤ ਭਰਦੀ ਆ ਪਰ ਤੁਹਾਨੂੰ ਅੱਜ ਚੜ੍ਹਦੀ ਕਲਾ ਦੀ ਐਸੀ ਤਸਵੀਰ ਦਿਖਾਉਣ ਲੱਗੇ ਆ ਜਿਸ ਨੂੰ ਦੇਖ ਕੇ ਇੱਕ ਵਾਰੀ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਰ ਇਸ ਤਰ੍ਹਾਂ ਦਾ ਜज्ਬਾ ਨੌਜਵਾਨਾਂ ਦੇ ਵਿੱਚ ਆਉਂਦਾ ਕਿੱਥੋਂ ਆ ਤਸਵੀਰ ਦਿਖਾਉਣ ਲੱਗੇ ਆ ਵੀਰੋਣੀ ਬੇਸ਼ੱਕ ਸ਼ਰੀਰਕ ਤੌਰ ਤੇ ਢੀਲਚੇਅਰ ਦੇ ਉੱਪਰ ਨੇ ਪਰ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸਮਰਥਨ ਕਰਨ ਲਈ ਪਹੁੰਚੇ ਨੇ ਵੀਰੋਣਾ ਦੇ ਨਾਲ ਗੱਲਬਾਤ ਕਰਾਂਗੇ ਮਿਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰਜੀ ਕਿੱਥੋਂ ਆਇਓ ਵੀਰੇ ਸੈਂਪਲੀ ਸਾ ਵੀਰੇ ਚੁੰਨੀ ਨੇੜੇ ਹਾਂ ਜੁੰਨੀ ਨੇੜੇ ਫਤਿਹਗੜ ਸਾਹਿਬ ਡਿਸਟ੍ਰਿਕਟ ਅੱਛਾ ਭਾਈ ਕੀ ਨਾਮ ਆ ਜਗਤਾਰ ਸਿੰਘ ਪੂਰਾ ਵੀਰੇ ਪੂਰੇ ਭਾਈ ਇਹ ਕੀ ਗੱਲ ਹੋ ਗਈ ਤੁਸੀਂ ਇਦਾਂ ਇਹ ਵੀਰੇ ਅੰਦੋਲਨ ਚ ਅਸਿਸਟੈਂਟ ਹੋ ਗਿਆ ਸੀ ਦਿੱਲੀ ਕਿਸਾਨ ਅੰਦੋਲਨ ਚ ਜਾ ਰਹੇ ਸੀਗੇ ਹੂੰ ਉਹਦੇ ਚ ਐਕਸੀਡੈਂਟ ਹੋਇਆ ਆਪਣਾ ਵੀਰੇ ਕਬੱਡੀ ਖੇលਦੇ ਸੀ ਤੁਸੀਂ ਹਾਂ ਕਬੱਡੀ ਖੇਡਦਾ ਸੀ ਵੀਰੇ ਹਾਂਜੀ ਅੱਛਾ ਭਾਈ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਆਪਣੀ ਭੂਮਿਕਾ ਨਾ ਭਾਈ ਉੱਥੇ ਵੀ ਜਾਂਦੇ ਹੋ ਸਰੀਰ ਨਕਾਰਾ ਹੋ ਗਿਆ ਤੁਰ ਤੁਸੀਂ ਨਹੀਂ ਸਕਦੇ ਫੇਰ ਵੀ ਅੱਜ ਦੂਜੇ ਅੰਦੋਲਨ ਦੇ ਵਿੱਚ ਆ ਗਏ ਵੀਰੇ ਬਸ ਵੀਰੇ ਮਨ ਕਰਿਆ ਵੀ ਚਲੋ ਆਪਣੇ ਲੱਗੇ ਆ ਕੁਝ ਇੱਥੇ ਮੋਹਾਲੀ ਕੰਮ ਸੀਗਾ ਮੈਂ ਚਲ ਗਾਂ ਵੀਰੇ ਨੂੰ ਕਿਹਾ ਵੀ ਚੱਲ ਮੋਰਚੇ ਤੱਕ ਗੇੜਾ ਦੇ ਕੇ ਆਉਂਦੇ ਆ ਵੀਰੇ ਭਾਈ ਹੌਸਲਾ ਨਹੀਂ ਟੁੱਟਦਾ ਕਿ ਯਾਰ ਇੱਕ ਅੰਦੋਲਨ ਦੇ ਵਿੱਚ ਤਾਂ ਅਸੀਂ ਨੁਕਸਾਨ ਕਰਾ ਬੈਠੇ ਆ ਆਪਣਾ ਸਰੀਰ ਸਾਡੇ ਹੱਥ ਦੇ ਵਿੱਚ ਨਹੀਂ ਰਿਹਾ ਹੁਣ ਫੇਰ ਅੰਦੋਲਨਾਂ ਦੇ ਵਿੱਚ ਅਸੀਂ ਚਲੇਗੇ ਨਹੀਂ ਵੀਰੇ ਕੋਈ ਹੈ ਕੋਈ ਚੱਕਰ ਨਹੀਂ ਆ ਵੀਰੇ ਇਹਦਾ ਕੀ ਚੱਕਰ ਆ ਜਾਨਾਂ ਵੀ ਗਵਾ ਲੀਆਂ ਨੌਜਵਾਨਾਂ ਨੇ ਮੈਂ ਤਾਂ ਚਲੋ ਫੇਰ ਵੀ ਬੈਠਾ ਆ ਵੀਰੇ ਬੈਠਾ ਤਾਂ ਆਇਆ ਨਾ ਅੱਛਾ ਕਦੇ ਕਬੱਡੀ ਦੇ ਗਰਾਊਂਡ ਦੇ ਵਿੱਚ ਪੂਰੇ ਬਾਈ ਨੇ ਧੂਮਾਂ ਪਾਈਆਂ ਨੇ ਹਾਂਜੀ ਕਬੱਡੀ ਦੇ ਗਰਾਊਂਡ ਦੇ ਵਿੱਚ ਉਂਗਲਾਂ ਖੜੀਆਂ ਕੀਤੀਆਂ ਨੇ ਹਾਂਜੀ ਪਰ ਅਫਸੋਸ ਨਹੀਂ ਆਉਂਦਾ ਕਿ ਯਾਰ ਕਿੱਥੇ ਪਠਾਤਾ ਰੱਬ ਨੇ ਨਹੀਂ ਵੀਰੇ ਉਹਦੇ ਨਾਲ ਅਗੇ ਗਿਲਾ ਕਰਕੇ ਕੀ ਕੀ ਕਰ ਲਾਂਗੇ ਆਪਾਂ ਉਹਦੇ ਅੱਗੇ ਪ੍ਰਮਾਤਮਾ ਅੱਗੇ ਜੋਰ ਨਹੀਂ ਹੈ ਵੀਰੇ ਕਿਸੇ ਦਾ ਜੋ ਕਰਦਾ ਪ੍ਰਮਾਤਮਾ ਚੰਗੇ ਲਈ ਕਰਦਾ ਭਰਾ ਤੇ ਬਾਈ ਐਕਸੀਡੈਂਟ ਹੋਇਆ ਕਿਵੇਂ ਸੀ ਤੁਹਾਡਾ ਕਿਉਂਕਿ ਤੁਹਾਡੇ ਕਾਫੀ ਵੀਡੀਓਜ਼ ਵੀ ਆਈਆਂ ਨੇ ਕਿ ਨਕਾਰਾ ਹੋ ਚੁੱਕਿਆ ਨੌਜਵਾਨ ਕਬੱਡੀ ਦੇ ਗਰਾਊਂਡਾਂ ਦਾ ਸ਼ਿੰਗਾਰ ਸੀ ਪਰ ਅੱਜ ਇੱਕ 휠ਚੇਅਰ ਤੇ ਜ਼ਿੰਦਗੀ ਸੀਮਤ ਰਹਿ ਗਈ ਆ ਕਿਵੇਂ ਹੋਇਆ ਸੀ ਇਹ ਹਾਸਾ ਕਿਵੇਂ ਹੋਇਆ ਅਸੀਂ ਨਾ ਵੀਰੇ ਮਤਲਬ ਆਪਣਾ 26 ਨੂੰ 26 ਨਵੰਬਰ ਨੂੰ ਲੱਗਿਆ 2020 ਨੂੰ ਅੰਦੋਲਨ ਹਾਂਜੀ ਤੇ ਅਸੀਂ 2 ਤਰੀਕ ਨੂੰ ਰਾਤੀ 11 ਵਜੇ ਤੁਰਿਆ ਦਸੰਬਰ ਮਾ 220 ਨੂੰ ਅੱਛਾ ਤੇ 3 ਤਰੀਕ ਨੂੰ ਤੜਕੇ ਨੂੰ ਸੱਟ ਲੱਗੀ ਵੀਰੇ ਟਰੱਕ ਵਾਲੇ ਨੇ ਨਾ ਪਿੱਪਲੀ ਕੋਲ ਟਰੱਕ ਲ ਮਾਰਿਆ ਵਿੱਚ ਲਿਆ ਗਿਆ ਹਾਂ ਨਾ ਨਾ ਜਾਂਦੇ ਵੇਲੇ ਵੀਰੇ ਹਾਂਜੀ ਉਹ ਟਰੱਕ ਵਜਣ ਨਾਲ ਮਤਲਬ ਇੰਨੀ ਜ਼ੋਰ ਨਾਲ ਲੱਗੀ ਉਹ ਫੇਟ ਉਹਦੇ ਫੇਟ ਲੱਗਣ ਨਾਲ ਮੈਂ ਟਰਾਲੀ ਤੋਂ ਬਾਹਰ ਡਿੱਗ ਗਿਆ ਵੀਰੇ ਟਰਾਲੀ ਅੱਗੇ ਲਾਂਗੀ ਤੇ ਟਰਾਲੀ ਤੋਂ ਬਾਹਰ ਲਿੱਗਿਆ ਮੇਰਾ ਲੱਕ ਥੱਲੇ ਲੱਗਿਆ ਉਹ ਨਾਲ ਮੇਰੀ ਰੀਡ ਦੀ ਐਡੀ ਟੁੱਟ ਗਈ ਸੀ ਵੀਰੇ ਹੂੰ ਡਾਕਟਰ ਕੀ ਕਹਿੰਦੇ ਨੇ ਫਿਰ ਇਸ ਹਾਸੇ ਡਾਕਟਰ ਦਾ ਵੀਰੇ ਡਾਕਟਰਾਂ ਨੇ ਜਿਹੜਾ ਟ੍ਰੀਟਮੈਂਟ ਕਰਨਾ ਸੀਗਾ ਉਹਨਾਂ ਨੇ ਕਰਤਾ ਭਰਾ ਪਲੇਟਾਂ ਪਈਆਂ ਹੋਈਆਂ ਨੇ ਪਿੱਛੇ ਸਗਰੂ ਲੱਗੇ ਹੋਏ ਨੇ ਢੂਈਂ 'ਚ ਡਾਕਟਰ ਤਾਂ ਕਹਿੰਦੇ ਸੀ ਵੀ ਬੈਠ ਵੀ ਨਹੀਂ ਸਕਦਾ ਜੀ ਬੈਠਣ ਵੀ ਲੱਗਿਆ ਤਾਂ ਵੀ ਉਹ ਵੀ ਬਹੁਤ ਵੱਡੀ ਗੱਲ ਆ ਚਲੋ ਆਪਣਾ ਹੁਣ ਬੈਠਣ ਉੱਠਣ ਲੱਗੇ ਆਪਣੀ ਕਿਰਿਆ ਸੁਧਣ ਜੋਗੇ ਹੋਗੇ ਇਹ ਹੀ ਪਰਮਾਤਮਾ ਦਾ ਬਹੁਤ ਧੰਨਵਾਦ ਆ ਵੀਰੇ ਅੱਛਾ ਭਾਈ ਕਾਫੀ ਲੰਮਾ ਸਮਾਂ ਤੁਹਾਡੇ ਐਕਸੀਡੈਂਟ ਹੋਏ ਨੂੰ ਹੋ ਚੁੱਕਿਆ ਹੈ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਲਈ ਗਏ ਸੀ ਅੰਦੋਲਨ ਦੇ ਕਿਸੇ ਆਗੂਆਂ ਨੇ ਕਿਸੇ ਯੂਨੀਅਨ ਦੇ ਆਗੂਆਂ ਨੇ ਕਿਤੇ ਗੱਲ ਕੀਤੀ ਤੁਹਾਡੇ ਨਾਲ ਕੋਈ ਸੰਪਰਕ ਹੋਇਆ ਨਹੀਂ ਵੀਰੇ ਤੁਹਾਨੂੰ ਪਤਾ ਹੀ ਹੈ ਅੰਦੋਲਨ ਦਾ ਕੋਈ ਨਹੀਂ ਖੜਿਆ ਵੀਰੇ ਮਤਲਬ ਜਿੰਨੀਆਂ ਵੀ ਜਥੇਬੰਦੀਆਂ ਦਾ ਆਪਣੇ ਮਤਲਬ ਵੀ ਝੂਠ ਬੋਲੀ ਆਪਣੇ ਕੋਈ ਨਹੀਂ ਹੈ ਹੁਣ ਹੁਣ 15 20 ਦਿਨ ਪਹਿਲਾਂ ਡੱਲੇ ਵਾਲਾ ਲਾ ਕੇ ਗਿਆ ਵੀਰੇ ਉਹ ਵੀ ਪਤਾ ਨਹੀਂ ਮਤਲਬ ਫਾਦਰ ਸਾਹਿਬ ਨੇ ਇੱਧਰ ਉੱਧਰ ਕਰਕੇ ਗੱਲਬਾਤ ਤਾਂ ਕਿਤੇ ਆਇਆ ਉਹ ਵੀਰੇ ਘਰੇ ਉਹ ਨਹੀਂ ਆਪਣੇ ਪਾਸ ਹੁਣ ਤੱਕ ਕੋਈ ਨਹੀਂ ਟੁਗਿਆ ਵੀਰੇ ਆਪਣੀ ਹੁਣ ਤੱਕ ਜਿਹੜੀ ਹੈਲਪ ਕੀਤੀ ਹੈ ਐਨਆਰਆਈ ਭਰਾਵਾਂ ਨੇ ਕੀਤੀ ਹੈ ਉਹਨਾਂ ਦੀ ਬਦੌਲਤੇ ਜੋ ਵੀ ਹੁਣ ਤੱਕ ਲਾ ਚੱਲ ਰਿਹਾ ਉਹਨਾਂ ਦੀ ਬਦੌਲਤ ਚੱਲ ਰਿਹਾ ਭਰਾ ਜਿਹੜੀ ਉਹਨਾਂ ਨੇ ਹੈਲਪ ਕੀਤੀ ਸੀ ਅੱਛਾ ਭਾਈ ਤੁਸੀਂ ਗੱਲ ਕਹੀ ਕਿ ਕੋਈ ਆਗੂ ਨਹੀਂ ਆਇਆ ਡੱਲੇ ਵਾਲਾ ਗਰੁੱਪ ਦੇ ਜਿਹੜੇ ਕੋਈ ਅਹੁਦੇਦਾਰ ਨੇ ਜਾਂ ਖੁਦ ਜਿਹੜੇ ਵੀ ਆਏ ਸੀ ਤੁਹਾਡੇ ਕੋਲ ਉਹੀ ਆਏ ਨੇ ਹਾਂਜੀ ਜਦੋਂ ਆਗੂਆਂ ਦੇ ਨਾਲ ਗੱਲਬਾਤ ਹੁੰਦੀ ਉਹ ਤਾਂ ਪੂਰਾ ਠੋਕ ਕੇ ਕਹਿੰਦੇ ਸੀ ਕਿ ਸਾਡੇ ਨੌਜਵਾਨ ਨੇ ਜੀ ਸਾਡੇ ਯੋਧੇ ਨੇ ਅੰਦੋਲਨ ਦੇ ਜੇ ਕੋਈ ਸ਼ਹਾਦਤ ਦਾ ਜੰਮ ਪੀ ਜਾਂਦਾ ਸਾਡੇ ਸ਼ਹੀਦ ਨੇ ਜੇ ਕੋਈ ਹਾਸਾ ਹੁੰਦਾ ਉਹ ਵੀ ਸਾਡਾ ਬੱਚਾ ਤੁਸੀਂ ਕਹਿੰਦੇ ਹੋ ਬਾਈ ਕੋਈ ਵੀ ਨਹੀਂ ਆਇਆ ਕੀ ਕਰਨ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਵੀਰੇ ਯਾਰ ਤੁਹਾਨੂੰ ਪਤਾ ਹੀ ਹੈ ਕੌਣ ਤੁਹਾਨੂੰ ਪਤਾ ਹੀ ਆਪ ਵੀ ਮਤਲਬ ਕਿਆ ਕਿਆ ਕੁਝ ਹੋਇਆ ਅੰਦੋਲਨ ਮੈਂ ਕਿੰਨੇ ਕ ਕੱਪੜੇ ਹੋਏ ਨੇ ਕਿਆ ਕੁਝ ਹੋਇਆ ਸਭ ਜਾਣੇ ਜਾਣਦੇ ਹੀ ਯਾਰ ਸਾਰੀ ਦੁਨੀਆ ਜਾਣਦੀ ਹੈ ਵੀ ਕੀ ਕੁਝ ਹੋਇਆ ਉੱਥੇ ਯਾਰ ਤੁਹਾਨੂੰ ਪਤਾ ਹੀ ਹੈ ਵੀ ਕਾਦੇ ਲਈ ਬੈਠੇ ਸੀ ਉਹ ਸਿਰਫ ਮਤਲਬ ਕਾਮਰੇਟ ਸੀ ਉਹ ਪੈਸੇ ਇਕੱਠੇ ਕਰਨ ਲਈ ਬੈਠੇ ਸੀ ਆਪਣੇ ਆਪਣੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਤੇ ਆਪਣੇ ਆਪਣੇ ਘਰਾਂ ਉਹਨਾਂ ਨੂੰ ਕਿਸੇ ਦਾ ਤੱਕ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਭਰਾ ਸੰਪਰਕ ਕੀਤਾ ਕਿਸੇ ਨਾਲ ਕਿਸੇ ਲੀਡਰ ਦੇ ਨਾਲ ਤੁਹਾਡੇ ਵੱਲੋਂ ਕੋਈ ਭਾਈ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਗਿਆ ਸੀ ਆ ਹਾਸਾ ਹੋ ਗਿਆ ਕੋਈ ਸੰਪਰਕ ਕੀਤਾ ਮਦਦ ਦੇ ਲਈ ਆ ਤੁਹਾਨੂੰ ਦੱਸ ਕੇ ਹਟਿਆ ਵੀਰੇ ਫਾਦਰ ਸਾਹਿਬ ਨੇ ਸੰਪਰਕ ਕਰਿਆ ਸੀ ਹੁਣ ਆਪਣੇ ਮਤਲਬ ਅੱਖਰ ਵਾਲੇ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਨਹੀਂ ਭਾਈ ਕਿਸੇ ਨੇ ਕੀਤਾ ਕੋਈ ਨਹੀਂ ਆਕੇ ਖੜਿਆ ਭਰਾ ਥੋਡੇ ਵੱਲੋਂ ਥੋਡੇ ਵੱਲੋਂ ਸੰਪਰਕ ਲੀਡਰਾਂ ਨਾਲ ਕੀਤਾ ਗਿਆ ਹਾਂਜੀ ਕ ਕਹਿੰਦੇ ਰਹੇ ਆ ਜੀ ਮਤਲਬ ਪਤਾ ਨਹੀਂ ਉੱਥੇ ਤੱਕ ਗੱਲ ਨਹੀਂ ਪਹੁੰਚੀ ਪਤਾ ਨਹੀਂ ਅਗਲੇ ਨੇ ਪਹਚਾਈ ਨਹੀਂ ਉਹ ਹਨ ਹਾਂਜੀ ਕਹਿੰਦੇ ਰਹੇ ਆ ਆਪਾਂ ਠੀਕ ਹੈ ਤੁਹੰਦੇ ਸੀ ਉਹਦੇਦਾਰ ਪਰ ਬਸ ਤੁਹਾਨੂੰ ਪਤਾ ਹੀ ਹੈ ਵੀ ਹਾਂ ਕਰਦੇ ਆਂ ਗੱਲ ਅਸੀਂ ਕਰਦੇ ਆ ਕੋਈ ਹਿੱਲਾ ਕੋਈ ਨੌਕਰੀ ਦਵਾਵਾਂਗੇ ਫਲਾਣਾ ਦਮਕਾਣਾ ਤੁਹਾਡੇ ਸਾਹਮਣੇ ਹੀ ਹੁਣ ਤੱਕ ਬੈਠੇ ਆ ਭਰਾ ਅੱਛਾ ਭਾਈ ਲੀਡਰ ਨਹੀਂ ਖੜਿਆ ਉਸੇ ਕਿ ਆਗੂ ਨਹੀਂ ਖੜੇ ਪੈਸਾ ਇਕੱਠਾ ਕਰਨ ਦੇ ਲਈ ਬੈਠੇ ਸੀ ਪਰ ਕੋਈ ਥੋੜੀ ਫਾਈਨੈਂਸ਼ੀਅਲ ਹੈਲਪ ਵੀ ਨਹੀਂ ਹੋਈ ਹੈ ਨਾ ਆਗੂਆਂ ਵੱਲੋਂ ਆਗੂਆਂ ਵੱਲੋਂ ਕੋਈ ਨਹੀਂ ਹੋਈ ਵੀ ਰਹੀ ਐਨਆਰਆਈਆਂ ਨੇ ਤੁਹਾਨੂੰ ਦੱਸ ਰਹੇ ਆ ਵੀ ਐਨਆਰਆਈਆਂ ਨੇ ਹੈਲਪ ਕੀਤੀ ਹੈ ਉਹਨਾਂ ਦੀ ਬਦੌਲਤੇ ਹੁਣ ਤੱਕ ਲਾ ਚੱਲ ਰਿਹਾ ਹੈ ਬਸਦੇ ਰਹਿਣ ਇਹ ਅੰਦੋਲਨ ਹੈ ਜਿਹੜੇ ਵੀਰੇ ਇਹ ਕੋਈ ਮਤਲਬ ਕਿਸਾਨ ਜਥੇਬੰਦੀਆਂ ਨਹੀਂ ਚਲਾਰੀਆਂ ਕੋਈ ਨਹੀਂ ਚਲਾ ਰਿਹਾ ਇਹ ਸਿਰਫ ਐਨਆਰਆਈਆਂ ਦੀ ਬਦੌਲਤੇ ਚੱਲ ਰਹੇ ਨੇ ਅੰਦੋਲਨ ਅੱਛਾ ਭਾਈ ਤੁਸੀਂ ਐਨਆਰਆਈ ਚਲੋ ਉਹਨਾਂ ਸੱਜਣਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਤੁਹਾਡੇ ਔਖੇ ਵੇਲੇ ਦੇ ਵਿੱਚ ਆ ਕੇ ਤੁਹਾਡੇ ਨਾਲ ਖੜੇ ਨੇ ਪਰ ਜਦੋਂ ਆਗੂਆਂ ਨਾਲ ਗੱਲ ਕਰਦੇ ਆ ਤਾਂ ਇੱਕ ਮੈਂ ਇੰਟਰਵਿਊ ਇੱਕ ਵੱਡੇ ਆਗੂ ਦੀ ਸੁਣ ਰਿਹਾ ਸੀ ਤਾਂ ਕਹਿੰਦੇ ਨੇ ਕਰੋੜ ਰੁਪਈਆ ਸੀਨੇ ਕਾਗੂ ਦੇ ਕੋਲ ਸਾਂਭਿਆ ਵੀ ਪਿਆ ਤੁਸੀਂ ਨੇ ਵੀ ਸੁਣਿਆ ਹੋਣਾ ਬਾਈ ਕੁਛ ਲੱਖਾਂ ਦਾ ਖਰਚਾ ਥੋੜਾ ਉਹ ਵੀ ਨਹੀਂ ਲਾਜ ਦੇ ਸਕਈ ਯਾਰ ਇਹ ਤਾਂ ਫਿਰ ਤੁਸੀਂ ਤੁਹਾਨੂੰ ਆਗੂਆਂ ਨਾਲ ਸਵਾਲ ਕਰਨੇ ਚਾਹੀਦੇ ਨਾ ਹੈ ਨਹੀਂ ਇਹ ਜਵਾਬ ਮੈਂ ਨਹੀਂ ਦੇ ਸਕਦਾ ਉਹ ਜਿਨ੍ਹਾਂ ਨੇ ਮਾਇਆ ਇਕੱਠੀ ਕਰੀ ਹੈ ਉਹਨਾਂ ਨੂੰ ਪਤਾ ਇਹਦਾ ਜਵਾਬ ਉਹ ਦੇ ਸਕਦੇ ਨੇ ਉਹਨਾਂ ਨੂੰ ਜਾ ਕੇ ਪੁੱਛੋ ਵੀਰੇ ਵੀ ਇਹ ਮਾਇਆ ਗਈ ਕਿੱਥੇ ਵੀ ਉਹ ਪਰਿਵਾਰ ਮਤਲਬ ਮੈਂ ਤਾਂ ਚਲੋ ਬੈਠਾ ਫਿਰ ਵੀ ਆਪਣੀ ਹੈਲਪ ਹੋ ਗਈ ਵੀਰੇ ਵਿੱਚ ਇਹ ਜੇ ਪਰਿਵਾਰ ਵੀ ਨੇ ਜਿਨ੍ਹਾਂ ਦੇ ਇਕੱਲੇ-ਕੱਲਿਆਂ ਦੀ ਡੈਥ ਵੀ ਹੋ ਗਈ ਉਹਨਾਂ ਦਾ ਕਿਸੇ ਨੇ ਹੁਣ ਤੱਕ ਸਾਰ ਨਹੀਂ ਲਈ ਵੀਰੇ ਜਾ ਕੇ ਸੱਟਾਂ ਵੀ ਖਾਈ ਬੈਠੇ ਨੇ ਬਹੁਤ ਅਫਸੋਸ ਹੁੰਦਾ ਹੈ ਬਾਈ ਕਿ ਯਾਰ ਜਿਨ੍ਹਾਂ ਆਗੂਆਂ ਦੇ ਪਿੱਛੇ ਲੱਗੇ ਜਿਨ੍ਹਾਂ ਦਾ ਆਗੂਆਂ ਦੀ ਹਾਕ ਦੇ ਇੱਕ ਹਾਕ ਦੇ ਉੱਪਰ ਦਿੱਲੀ ਵੱਲ ਨੂੰ ਵੀ ਹੀਰਾ ਘੱਟ ਤੀਆਂ ਉਹੀ ਮੌਕਾ ਪੈਣ ਤੇ ਸਾਡੇ ਨਾਲ ਨਹੀਂ ਖੜੇ ਆਗੂਆਂ ਵੱਲ ਦੇਖ ਕੇ ਆਉਂਦਾ ਵੀਰੇ ਪਰ ਉਦਾਂ ਮਤਲਬ ਆਪਾਂ ਨੇ ਅੰਦੋਲਨ ਫਤਿਹ ਕੀਤਾ ਉਹਨੂੰ ਦੇਖ ਕੇ ਲੱਗਦਾ ਵੀ ਬਹੁਤ ਵਧੀਆ ਕੋਈ ਚੱਕਰ ਨਹੀਂ ਕੀ ਚੱਕਰ ਹੈ ਸਾਧ ਤ ਤਾਂ ਦੇਣੀਆਂ ਹੀ ਪੈਣੀਆਂ ਵੀਰੇ ਜਿੱਤਾਂ ਲਈ ਹਾਂ ਹਾਂ ਹੁਣ ਵੀ ਹੌਂਸਲੇ ਬੁਲੰਦ ਬਿਲਕੁਲ ਵੀਰੇ ਹੁਣ ਫਿਰ ਡਰ ਨਹੀਂ ਆਇਆ ਆਗੂ ਤਾਂ ਇੱਥੇ ਵੀ ਫਿਰ ਉਹ ਬੰਦੇ ਹੀ ਨੇ ਡਰ ਨਹੀਂ ਆਇਆ ਕਿ ਯਾਰ ਇੱਕ ਆਗੂ ਨੇ ਮੇਰੇ ਨਾਲ ਸਾਰ ਨਹੀਂ ਲਈ ਮੈਂ ਫਿਰ ਆਗੂਆਂ ਦੇ ਕਹਿਣੇ ਦੇ ਉੱਪਰ ਆਗੂ ਦੀ ਕਹਾਕ ਦੇ ਉੱਪਰ ਆਪਣੇ ਅੰਦੋਲਨ ਦੇ ਵਿੱਚ ਚੱਲੇ ਹਾਂ ਨਹੀਂ ਨਹੀਂ ਵੀਰੇ ਆਪਾਂ ਤੁਹਾਨੂੰ ਸਿੱਧੀ ਗੱਲ ਅਸੀਂ ਆਪਾਂ ਆਖੂ ਆਗੂਆਂ ਦੇ ਕਹਿਣ ਤੇ ਕੋਈ ਨਹੀਂ ਵੀਰੇ ਆਪਣਾ ਮਨ ਕੀਤਾ ਆਪਾਂ ਤਾਂ ਆਏ ਆ ਜਮੀਰ ਨੇ ਹਿਲੂਣਾ ਹਾਂਜੀ ਬਿਲਕੁਲ ਵੀਰੇ ਭਾਈ ਉਹਨਾਂ ਲੋਕਾਂ ਨੂੰ ਕੀ ਸਨੇਹਾ ਜਿਹੜੇ ਤੁਸੀਂ ਸ਼ਰੀਰਕ ਤੌਰ ਤੇ ਬੇਸ਼ੱਕ ਠੀਕ ਨਹੀਂ ਤੁਹਾਡੇ ਅਰਾਧੇ ਜਿਹੜੇ ਨੇ ਤੁਸੀਂ ਦੱਸ ਰਹੇ ਹੋ ਹਾਂਜੀ ਸ਼ਰੀਰਕ ਤੌਰ ਤੇ ਜਿਹੜੇ ਠੀਕ ਠਾਕ ਨੇ ਨੌਜਵਾਨ ਨੇ ਆ ਸਕਦੇ ਨੇ ਚੰਡੀਗੜ੍ਹ ਗੇੜੀਆਂ ਮਾਰਨ ਆਉਂਦੇ ਨੇ ਪਰ ਇੱਥੇ ਨਹੀਂ ਪਹੁੰਚ ਰਹੇ ਕੀ ਸਨੇਹਾ ਦਊਂਗੇ ਵੀਰੇ ਸਭ ਨੂੰ ਬੇਨਤੀ ਹੋਏ ਕਿ ਮਤਲਬ ਇਹ ਇਹ ਸਿੰਘ ਜਿਹੜੇ ਅੰਦਰ ਬੈਠੇ ਨੇ ਇੱਕ ਮਤਲਬ ਕੋਈ ਆਪਣੇ ਲਈ ਤਾਂ ਇਹ ਅੰਦਰ ਬੈਠੇ ਨਹੀਂ ਇਹ ਕੌਮ ਲਈ ਅੰਦਰ ਗਏ ਨੇ ਕੌਮ ਲਈ ਇਹਨਾਂ ਨੇ ਕੁਝ ਕੀਤਾ ਤਾਂ ਜੇਲਾਂ ਘੱਟ ਰਹੇ ਨੇ ਵੀਰੇ ਉਹ ਤੇ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਤੇ ਆਪਣਾ ਹੁਣ ਫਰਜ਼ ਬਣਦਾ ਵੀਰੇ ਉਹਨਾਂ ਦੀ ਰਿਹਾਈ ਲਈ ਇਕੱਤਰ ਹੋਈਏ ਅੱਛਾ ਕਬੱਡੀ ਦੇ ਗਰਾਊਂਡ ਦੇ ਵਿੱਚ ਤੁਸੀਂ ਚੰਗੀਆਂ ਮੱਲਾਂ ਮਾਰੀਆਂ ਨੇ ਕਬੱਡੀ ਦੇ ਗਰਾਊਂਡ ਦੇ ਵਿੱਚ ਧੂਮਾ ਪਾਈਆਂ ਨੇ ਕਬੱਡੀ ਜਗਤ ਦੇ ਵਿੱਚੋਂ ਪੂਰੇ ਬਾਈ ਦੇ ਮਾੜੇ ਵਕਤ ਦੇ ਵਿੱਚ ਆਇਆ ਕੋਈ ਕਬੱਡੀ ਦੇ ਕਹਿੰਦੇ ਕਹੋਂਦੇ ਸਟਾਰਾਂ ਦੇ ਨਾਲ ਤੁਸੀਂ ਖੇਡ ਚੁੱਕੇ ਹਾਂਜੀ ਉਹ ਖੜੇ ਨੇ ਵੀਰੇ ਹੁਣ ਵੀ ਮਤਲਬ ਹੁਣ ਵੀ ਮਤਲਬ ਇੱਥੋਂ ਆਪਾਂ ਨੇ ਸਿੱਧਾ ਟੂਰਨਾਮੈਂਟ ਤੇ ਜਾਣਾ ਵੱਲੋਂ ਮਾਜਰੇ ਅੱਛਾ ਹਾਂਜੀ ਉਹ ਉਹਨਾਂ ਨੇ ਸੱਦਿਆ ਹੋਇਆ ਉੱਥੇ ਜਾਵਾਂਗੇ ਉਹ ਸਨਮਾਨ ਕਰਨਗੇ ਵੀਰੇ ਇੱਕ ਜਣਾ ਚੱਲੀ ਜਾਂਦਾ ਮਤਲਬ ਜਿੱਥੇ ਵੀ ਸੱਦ ਦਿੰਨੇ ਆਪਾਂ ਚੱਲੀ ਜਾਈਦਾ ਬੰਦੇ ਵਧੀਆ ਮਾਨ ਤਾਨ ਕਰਦੇ ਨੇ ਬੇਸ਼ੱਕ ਗਰਾਊਂਡ ਦੇ ਵਿੱਚ ਨਹੀਂ ਖੇਡ ਸਕਦਾ ਪਰ ਕਬੱਡੀ ਥੋੜੇ ਵਿੱਚੋਂ ਨਹੀਂ ਜਾ ਸਕਦੀ ਕਬੱਡੀ ਨਹੀਂ ਨਿਕਲ ਸਕਦੀ ਨਹੀਂ ਵੀਰੇ ਤੁਹਾਨੂੰ ਪਤਾ ਹੀ ਹੈ ਮਤਲਬ ਗੇਮ ਕੋਈ ਵੀ ਹੈ ਜਿਹੜਾ ਬੰਦਾ ਸਪੋਰਟਸਮੈਨ ਹੁੰਦਾ ਉਹ ਸਪੋਰਟਸਮੈਨਸ਼ਿਪ ਕਦੇ ਵੀ ਨਹੀਂ ਛੱਡਦਾ ਹਾਂ ਤੇ ਬਾਈ ਹੁਣ ਫਿਰ ਘਰ ਦਾ ਗੁਜ਼ਾਰ ਕਰਦੇ گزارਾ ਇੱਥੇ ਆਉਨੇ ਹਾਂ ਕਮਾਉਣ ਵਾਲੇ ਸੀ ਮਿਹਨਤ ਦੇ ਨਾਲ ਆਪਣਾ ਕਮਾਉਂਦੇ ਸੀ ਗਰਾਉਂਡਾਂ ਦੇ ਵਿੱਚ ਧੂਮਾ ਪਾਉਂਦੇ ਸੀ ਘਰ ਦਾ گزارਾ ਕਿਵੇਂ ਚੱਲ ਰਿਹਾ ਮੈਂ ਵੀਰੇ ਠੀਕ ਠਾਕ ਚੱਲੀ ਜਾਂਦਾ ਭਰਾ ਤੁਹਾਨੂੰ ਪਤਾ ਹੀ ਹੈ ਤਿੰਨ ਚਾਰ ਕਿੱਗਲੇ ਪੈ ਲਈਏ ਤਿੰਨ ਭਰਾ ਨੇ ਤੇ ਪਹਿਲਾਂ ਮਾੜੀ ਮੋੜੀ ਠੇਕੇ ਤੇ ਵੀ ਲੈ ਲਈਦੀ ਮੈਂ ਹੀ ਸੀ ਵੀਰੇ ਕਰਨੇ ਵਾਲਾ ਠੇਕੇ ਟੁਕੇ ਡੰਗਰ ਡੁਗਰ ਰੱਖੇ ਹੋਏ ਸੀ ਹੁਣ ਬਾਪੂ ਤੋਂ ਵੀ ਨਹੀਂ ਚੱਲਦਾ ਬਾਪੂ ਵੀ ਜਾਂਦਾ ਬਜ਼ੁਰਗ ਨੇ ਹਾਂਜੀ ਤੇ ਉਹਦੇ ਕਰਕੇ ਹੁਣ ਆਪਾਂ ਨੇ ਪੈਲੀ ਵੀ ਠੇਕੇ ਦੇ ਦੇਣੀ ਪੈਗੀ ਤੇ ਡੰਗਰ ਬਚਾ ਵੀ ਵੇਚਣਾ ਪੈਗਾ ਸਾਰਾ ਮਾ ਚੱਲ ਜੀ ਜਾਂਦਾ ਵੀਰੇ ਰੋਟੀ ਪਾਣੀ ਚਲਾ ਰਿਆ ਪਰਮਾਤਮਾ ਵਧੀਆ ਪਰਮਾਤਮਾ ਦਾ ਸ਼ੁਕਰ ਗੁਜ਼ਾਰਾਂ ਬਹੁਤ ਬਹੁਤ ਸ਼ੁਕਰੀਆ ਭਾਈ ਸੋ ਐਸਾ ਨੌਜਵਾਨ ਆ ਜਿਹੜਾ ਕਦੇ ਕਬੱਡੀ ਦੇ ਗਰਾਊਂਡਾਂ ਦਾ ਸ਼ਿੰਗਾਰ ਰਿਹਾ ਹੈ ਵੱਡੇ ਵੱਡੇ ਸੁਪਰਸਟਾਰਾਂ ਦੇ ਨਾਲ ਕਬੱਡੀ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਧੂਮਾਂ ਪਾਈਆਂ ਨੇ ਹਾਸਾ ਕਿਸਾਨੇ ਅੰਦੋਲਨ ਦੇ ਵੇਲੇ ਹੋ ਜਾਂਦਾ ਹੈ ਸ਼ਰੀਰਕ ਤੌਰ ਤੇ ਬੇਸ਼ੱਕ ਇਹ ਨੌਜਵਾਨ ਅਪਾਹਜ ਹੋ ਜਾਂਦਾ ਪਰ ਉਹ ਹਾਸਾ ਇਸ ਨੌਜਵਾਨ ਦੇ ਸਰੀਰ ਨੂੰ ਬੇਸ਼ੱਕ ਤੋੜ ਦਿੰਦਾ ਪਰ ਇਸ ਦੇ ਬੁਲੰਦ ਇਰਾਦਿਆਂ ਨੂੰ ਨਹੀਂ ਤੋੜ ਪਾਉਂਦਾ ਕੌਮੇਨ ਸਾਹਿਬ ਮੋਰਚੇ ਦੇ ਵਿੱਚ ਇਹ ਨੌਜਵਾਨ ਪਹੁੰਚ ਜਾਂਦਾ ਹੈ ਤੇ ਕਿਸੇ ਵੀ ਤਰ੍ਹਾਂ ਦਾ ਸਮਰਥਨ ਜਿਹੜਾ ਇਸ ਦੇ ਵੱਲੋਂ ਦਿੱਤਾ ਗਿਆ ਤੇ ਐਨ ਆਰ ਆਈਸ ਦਾ ਸਹਿਯੋਗ ਦੇਣ ਦੇ ਲਈ ਧੰਨਵਾਦ ਵੀ ਇਸ ਨੌਜਵਾਨ ਦੇ ਵੱਲੋਂ ਲਗਾਤਾਰ ਕੀਤਾ ਗਿਆ ਰਿਹਾ ਚੜ੍ਹਦੀ ਕਲਾ ਦਾ ਸਬੂਤ ਲਗਾਤਾਰ ਦਿੱਤਾ ਜਾ ਰਿਹਾ ਤੇ ਸ਼੍ਰੀਰਕ ਤੌਰ ਤੇ ਠੀਕ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਹੁਣ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗੇ ਮੋਰਚੇ ਦੇ ਵਿੱਚ ਜ਼ਰੂਰ ਹਾਜ਼ਰੀ ਲਗਵਾਓ ਕੈਮਰਾਮੈਨ ਸਾਥੀ ਸਿੰਘਦੀਪ ਦੇ ਨਾਲ ਸੰਸਾਰਦੀਪ ਸਿੰਘ ਆਰਐਮਵੀ ਟੈਲੀਵਿਜ਼ਨ ਕਮੇਨ ਸਾਹਮਣੇ